सारण प्यार भाई सत श्रीकाल जी, वेलकम बैक टू द चैनल। नवी वीडियो तुहाडा स्वागत है। तो असी निकले हुए हैं जी रोड ट्रिप ते राजस्थान नू। तो असी सवेरे 6 बजे निकल गए सी जी। किन्ने भाई जी? सिंगल जी। लो जी, ਅਹੀਂ ਤਾਂ ਨੰਗ ਤੇ ਲੈ ਵੀ ਉਧਰੋਂ ਰਸ਼ ਚ ਮਿਲਿਆ ਨੰਗ ਤੇ ਕੋੜ ਪੂਰਾ ਟੱਪ ਕੇ ਮੂਹਰੇ ਨਹੀਂ ਬੰਦਾ ਉਹਨੂੰ ਟੋਲ ਆ ਜਾਂਦਾ। ਥੈਂਕ ਯੂ ਜੀ। ਜੇ ਬੈਰੀਅਰ ਨਾ ਹੁੰਦਾ ਹੀ ਲਈ ਜਾਣੀ ਸੀ। ਤੈਨੂੰ ਤਾਂ ਮੈਂ ਪਹਿਲੇ ਕਹਿਤਾ ਵੀ ਤੂੰ ਕੀ ਕਰੀ ਸੀ ਨਾ, ਮੈਂ ਤੈਨੂੰ ਇਸੇ ਲਈ ਕਿਹਾ ਸੀ। ਸਵੇਰੇ 6 ਵਜੇ ਨਿਕਲ ਕੇ ਅਸੀਂ ਰੁਕੇ ਸ਼੍ਰੀ ਮੁਕਤਸਰ ਸਾਹਿਬ, ਮੱਥੇ ਮੱਥਾ ਟੇਕਿਆ। तो उतों मलोट, जे असी मुकतसर तो मलोट आने वह सड़क बड़ी खराब है, उन्होंने अवॉइड करो जे असी कर सकते हैं। तो उदा सड़क सारी वधिया सी। मलोट तो गंगानगर खा पी के तो हुण असी पहुंचे जी सूरतगढ़। तो कल नूं फिर सवेरे निकल के तड़के बीकानेर, बीकानेर तो अगे जैसलमेर। केतिया खाणी केतिया बाणी केते बंद रिंद। कल वीर मेरे हो 2 मिनट सलाह लैणी, जैसलमेर जाना है। जैसलमेर जाना है? हाँ। ਅਜੇ ਪਾਣੀ ਪੁਣੀ ਤਾਂ ਕਿਤੇ ਥੱਲੇ ਧਰਤੀ ਦਾ ਪਾਣੀ ਹੈਗਾ? ਹਾਂਜੀ ਥੱਲੇ ਹੈਗਾ ਪਾਣੀ। ਕਿੰਨੇ ਤੇ ਬੋਰ ਆ ਇਹ? ਵੀ 60-70 ਫੁੱਟ ਤੇ ਪਾਣੀ ਹੈਗਾ। ਵਧੀਆ। ਇੱਥੇ ਕੀ ਰੇਟ ਰੂਟ ਹੈ? ਇੱਥੇ ਜ਼ਮੀਨ ਦਾ ਰੇਟ ਵੀਰ ਜੀ 17-18 ਲੱਖ ਰੁਪਏ। ਬੱਲੇ। ਤੇ ਝਾੜ ਕੀ ਹੁੰਦਾ? ਝਾੜ ਮੰਨ ਲਓ ਝੋਨੇ ਦਾ ਆਈ ਕਿੱਲੇ ਦਾ 15 ਕੁਇੰਟਲ ਆ। ਇਹ ਕਿੱਲਾ ਕਿੰਨੇ ਕ ਕਨਾਲਾਂ ਦਾ ਆ? 5 ਕਨਾਲ ਦਾ। ਕਿੱਲਾ ਛੋਟਾ ਆ? ਛੋਟਾ ਜੀ, 8 ਦਾ ਇੱਥੇ ਬਾਜ। ਲਓ ਜੀ ਜੈਸਲਮੇਰ ਚੱਲੇ ਆ। ਤੇ ਸਿੱਧੀ ਸੜਕ ਇਧਰ ਉਧਰ ਨੂੰ ਕਰਕੇ ਦਿਖਾ। ਤੇ ਬੜਾ ਕੈਂਟ ਡਰੋਨ ਉਡਾਉਣੇ ਆ ਤੇ ਤੁਹਾਨੂੰ ਥੋੜੇ ਡਰੋਨ ਸ਼ਾਟ। जैसलमेर तो अं 300 किलोमीटर दूर हैं आप जैसलमेर तो। खाण नूं रुके सी जी, नहर वगदी उत्थे खा पी के फिर अगे वधांगे जी। खान पीन रुके जी, हजे प्या है काफी। ਹੈਗੀ ਕੁਲਦਾਰਾ ਅਬੈਂਡਨਡ ਵਿਲੇਜ ਦੀ ਐਂਟਰੀ, ਬੋਰਡ ਲੱਗਾ ਹੋਇਆ ਤੇ ਬੜੀ ਪੁਰਾਣੀ ਇਸ ਟਾਈਪ ਦੀ ਐਂਟਰੀ ਦਿੱਤੀ ਆ। ਤੇ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਉਂਦੇ ਆ ਵੀ ਪਿੰਡ ਜਿਹੜਾ ਪੁਰਾਣਾ ਜਿਹੜਾ ਉੱਜੜ ਗਿਆ ਆ ਤੇ ਲੋਕੀ ਦੇਖਣ ਆਉਂਦੇ ਆ ਕਿਦਾਂ ਦਾ। ਕਾਫੀ ਮੈਪ ਦੇ ਵਿੱਚ ਤਾਂ ਕਾਫੀ ਲੱਗਦਾ ਕਾਫੀ ਵੱਡਾ ਆ, ਤੁਹਾਨੂੰ ਪੂਰਾ ਵੀ ਦਿਖਾਵਾਂਗੇ ਜਦੋਂ ਦਿਖਾਵਾਂਗੇ ਘਰ ਬਾਤ ਕਿਦਾਂ ਦਾ। ਤੇ ਆ ਜਾਓ, ਬਹੁਤ ਵਧੀਆ। ਇਸ ਤੋਂ ਬਾਅਦ ਅਸੀਂ ਜਾਣਾ ਜੀ ਸਮ, ਉੱਥੇ ਸਾਡਾ ਰਹਿਣ ਦਾ ਡੈਜ਼ਰਟ ਦੇ ਵਿੱਚ। ਤੇ ਅਸੀਂ ਜੈਸਲਮੇਰ ਮਾੜਾ ਜਿਹਾ ਗੇੜਾ ਮਰਾ ਕੇ ਤੇਲ ਪਵਾ ਕੇ ਇੱਧਰ ਨੂੰ ਆ ਗਏ ਸੀ। ਬੜਾ ਘੁੰਮਣ ਕੇ ਏਰੀਏ 'ਚ ਪਏ ਹਾਂ ਅਸੀਂ, ਪਰ ਵਧੀਆ ਨਜ਼ਾਰੇ ਆ ਰਹੇ। ਟਾਈਮ ਬਾਉਂਡ ਨਹੀਂ ਹੈਗਾ ਕੋਈ। नीचे पूरी रेत है। शूटिंग भी चल रही है, सानू वेल लभी। कुआं कहिंदे आ, कुआं हैगा थल्ले जाके।
ਨਹੀਂ ਕੁਛ ਪਿੰਡ ਜਿਹੜਾ ਖਾਲੀ ਹੋਇਆ ਹੋਇਆ ਪਹਿਲਾਂ ਦਾ, ਤੁਹਾਨੂੰ ਉਹਦੇ ਲੈ ਕੇ ਚੱਲਦੇ ਹਾਂ। ਹਿਸਟਰੀ ਵਗੈਰਾ ਲਿਖੀ ਹੋਊਗੀ, ਤੁਹਾਨੂੰ ਥੋੜ੍ਹਾ ਪੜ੍ਹ ਕੇ ਦੱਸਾਂਗੇ, ਤੁਹਾਨੂੰ ਆਪ ਨਹੀਂ ਪਤਾ। ਅਸੀਂ ਤਾਂ ਬਸ ਸਰਚ ਕੀਤਾ ਅਤੇ ਮੁੰਡੇ ਪਹੁੰਚ ਗਏ ਆ, ਅਤੇ ਆਇਓ ਤੁਹਾਨੂੰ ਉੱਧਰ ਲੈ ਕੇ ਚੱਲਦੇ ਹਾਂ। ਇਹਨੂੰ ਕਹਿੰਦੇ ਆ ਕੁਲਦਾਰਾ ਅਬੈਂਡਨਡ ਵਿਲੇਜ ਜੀ, ਗੋਸਟ ਟਾਊਨ ਹੀ ਹੋ ਗਿਆ ਜੀ। ਪੁਰਾਣੇ ਦਰਵਾਜ਼ੇ, ਇਹ ਪ੍ਰੀਜ਼ਰਵ ਕੀਤਾ ਹੋਣਾ ਜਾਂ ਇਹਨਾਂ ਨੇ ਬਾਅਦ ਚੋਂ ਬਣਾਇਆ? ਪ੍ਰੀਜ਼ਰਵ ਕੀਤਾ ਗਿਆ, ਸ਼ੋ ਕੀਤਾ ਗਿਆ ਆਪਾਂ ਨੂੰ ਵੀ ਇਦਾਂ ਦੇ ਛੱਤਾਂ ਦੀ ਛਾਹ ਇੱਥੇ ਨਹੀਂ ਘੱਟ ਕਿਉਂਕਿ ਗਰਮੀ ਹੈ ਨਾ ਇੱਥੇ ਜ਼ਿਆਦੀ। ਆਇਆ ਜੀ ਟੈਂਪਲ, ਪੁਰਾਣੇ ਸਟਾਈਲ ਸੇਮ। ਅਸੀਂ ਗਾਈਡ ਵਗੈਰਾ ਨਹੀਂ ਕੀਤਾ ਜੀ, ਪਰ ਬਹੁਤ ਪੁਰਾਣਾ ਹੀ ਲੱਗਦਾ ਪਿਆ ਜਿੱਦਾਂ ਸਟਰਕਚਰ ਹੈ ਨਾ। ਤੁਹਾਨੂੰ ਡਰੋਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਜਿਹੜਾ ਉਹ ਟੁੱਟਾ ਟੁੱਟਾ ਵਾਲਾ ਪਾਰਟ ਹੀ ਹੈ ਇਕੱਲਾ। ਮਤਲਬ ਆਹ ਸਾਰੇ ਘਰ ਹੁੰਦੇ ਸੀ ਜੀ ਪਹਿਲਾਂ, ਆਹ ਜਿਹੜੇ ਪੱਥਰ ਵਾਲੇ। ਇਹ ਤਾਂ ਹੁਣ ਇਹਨਾਂ ਨੇ ਪਿੱਛੇ ਵਾਲਾ ਰੀਸਟੋਰ ਕੀਤਾ, ਪਰ ਆਹ ਸਾਰੇ ਕਮਰੇ ਪੂਰੀ ਵਿਲੇਜ ਹੁੰਦੀ ਸੀਗੀ। ਓਰੀਜਨਲ ਮੈਪ ਨਹੀਂ ਸਾਨੂੰ ਪਤਾ ਕਿੱਥੇ ਆ, ਜਾਂ ਕਿਤੇ ਬਣਾਇਆ ਵੀ ਨਹੀਂ ਹੋਇਆ ਓਰੀਜਨਲ ਮੈਪ ਕੀ ਸੀ, ਪਰ ਦੇਖੋ ਕਿੰਨਾ ਸੋਹਣਾ ਲੱਗਦਾ ਜੀ। ਗੱਡੀ ਹੌਲੀ ਕਰ ਲਾ ਨਾ, ਢਾ ਲੈਣਾ ਇੱਥੇ ਅੱਲਾਹ ਬੀਬੀ। ਉਹ ਪਿੱਛੇ ਦੇਖ ਉੱਡੀ ਆਉਂਦੇ ਆ, ਆ ਪਾਚੇ ਦੀ ਮੇਰੀ ਲਿਆਤੀ ਉਹਨਾਂ ਨੇ। ਲਓ ਜੀ, ਜਿੱਥੇ ਰਹਿਣਾ ਆ ਟੈਂਟ ਦੇ ਵਿੱਚ ਉੱਥੇ ਪਹੁੰਚ ਗਏ ਹਾਂ, ਅਤੇ ਸਮਾਨ ਲਿਆ ਜਾ ਰਿਹਾ, ਅਤੇ ਆ ਜਾਓ। ਇੱਦਾਂ ਦਾ ਹੋਣਾ ਟੈਂਟ ਜਿਹਾ, ਬੜਾ ਫਰੈਸ਼ ਫਰੁਸ਼ ਹੋ ਕੇ। ਅਤੇ ਹੁਣ ਇਹਨਾਂ ਨੇ ਲਾਇਆ ਹੋਇਆ ਜਗਾੜ ਗੌਣ ਬਜਾਉਣ ਵਾਲਾ, ਇੱਧਰ ਤੁਸੀਂ ਟੈਂਟ ਦੇਖ ਸਕਦੇ ਹੋ, ਅਤੇ ਪਰਲੇ ਬੰਨੇ ਵੀ ਇੱਦਾਂ ਹੀ ਆ। ਅਤੇ ਇੱਥੇ ਹੁਣ ਅਤੇ ਬੋਨ ਫਾਇਰ ਲੱਗ ਜਾਣੀ, ਵਿੱਚ ਸਾਰੇ ਬੈਠੇ ਆ ਸੁਣ ਰਹੇ ਆ, ਅਤੇ ਅਸੀਂ ਵੀ ਲੈਂਦੇ ਹਾਂ ਆਨੰਦ ਮਾਣਦੇ ਹਾਂ।